ਡੇਢ ਕੇਕੜੀ ਹੈ ਦੋ ਬਣੀ, ਉਹਦੇ ਵਿੱਚ ਵੀ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਦਾ। ਖਾਣ ਨੂੰ ਕਣਕ ਕਿਉਂ ਕੱਟ ਲਿਆ, ਕਣਕ ਕੱਟ ਲਈ ਖਾਣ ਨੂੰ ਸਾਲ ਘਰੇ ਰੱਖ ਸਕਦੇ ਹਾਂ, ਵੇਚ ਤਾਂ ਕੁਛ ਸਕਦੇ। ਮੈਂ ਬੇਟੇ ਦੇ ਚੱਕਰ 'ਚ ਇੱਥੇ ਆਇਆ ਸੀਗਾ, ਬੇਟੇ ਦੀ ਕਿਡਨੀ ਡੈਮੇਜ ਹੋਣੀ ਕਰਕੇ ਜੀ ਇੱਥੋਂ ਡਾਇਲਸ ਕਰਵਾ ਰਿਹਾ ਸੀਗਾ। ਮੈਂ 15 ਸੀ ਚੋਂ ਜੀ ਦਰਮਾ ਹੋਸਪਿਟਲ PGI 'ਚੋਂ ਮੇਰਾ ਟ੍ਰੀਟਮੈਂਟ ਚੱਲਦਾ ਜੀ, PGI 'ਚੋਂ ਕਿਡਨੀ ਹੁਣ ਟ੍ਰਾਂਸਫਰ ਕਰਵਾ ਦੀ, ਮੈਂ ਖੁਦ ਆਪਦੀ ਕਿਡਨੀ ਦਿੱਤੀ ਹੈ। ਟੋਟਲ ਜੇ ਬਾਹਰ ਜਾ ਕੇ ਸਾਰਾ ਵੇਖਿਆ ਮੇਰਾ 44 ਲੱਖ ਰੁਪਈਆ ਬੇਟੇ ਦੇ ਲੱਗ ਗਿਆ ਸੀਗਾ ਜੀ। ਕੰਨਾਂ ਤੋਂ ਹੱਥਾਂ ਤੋਂ ਉਂਗਲਾਂ ਤੋਂ ਨੰਗੀ ਹੈ, ਮੈਂ ਵੀ ਨੰਗਾ, ਸਿਉਣਾ ਦੱਪਾ ਜੋ ਵੀ ਸਾਡੇ ਕੋਲ ਪਹਿਲਾਂ ਤੋਂ ਮਿਹਨਤ ਕਰਕੇ ਬਣਾਈ ਸਭ ਕੁਝ ਵਿੱਚ ਕੁਝ ਵੀ ਨਹੀਂ ਰੱਖਿਆ। ਅਸੀਂ ਆਪਦਾ ਮਕਾਨ ਵੀ ਵੇਚ, ਮੇਰਾ ਮਕਾਨ ਉੱਥੇ ਸੀਗਾ 29.5 ਮਰਲਾਂ ਜਾਣੀ ਕਿ 1.5 ਕਨਾਲ 'ਚ, ਬਹੁਤ ਸੋਹਣਾ ਵਧੀਆ ਬਣਿਆ ਸੀਗਾ। ਪਾਰਕ ਡੋਗ ਦਾ ਬੜਾ ਸ਼ੌਂਕ ਸੀ, ਗਾਈਆਂ ਮੱਝਾਂ ਰੱਖਦਾ ਸੀ, ਨਾਲ ਵੀ ਘਰ ਦਾ ਖਰਚਾ ਬੇਟੇ ਦਾ ਚੱਲੀ ਜਾਵੇ, ਦੁੱਧ ਦੱਧ ਪਾ, ਪਰ ਸਿਸਟਮ ਹੀ ਜ਼ਿਆਦਾ ਆਊਟ ਹੋ ਗਿਆ। ਬਾਂਹ ਜੀ ਮੇਰੀ ਕਿਸੇ ਬੰਦੇ ਨੇ ਨਹੀਂ ਫੜੀ, ਮੇਰੇ ਇੱਕ ਛੋਟੇ ਬ੍ਰਦਰ ਆ, ਉਹਨਾਂ ਨੇ ਮੇਰੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਮੇਰੇ ਰਿਸ਼ਤੇਦਾਰ ਬਹੁਤ ਤਗੜੇ ਰਿਸ਼ਤੇਦਾਰ, ਬਹੁਤ ਹੀ ਜ਼ਿਆਦਾ ਤਗੜੇ, ਬੜਾ ਪੈਸਾ, ਚੰਗੀ ਜਾਇਦਾਦ, ਕਿਸੇ ਨੇ ਕੋਈ ਬਾਂਹ ਨਹੀਂ ਫੜੀ। ਕਹਿੰਦੇ ਨੇ ਕਿ ਇਨਸਾਨ ਕਈ ਵਾਰ ਸੋਚਦਾ ਕੁਝ ਹੋਰ ਹੈ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ। ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਤੁਹਾਡੇ ਰੂਬਰੂ ਕਰਾਂਗੇ, ਜਿਸ ਨੂੰ ਜਾਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਕਹਿੰਦਾ ਕਹਾਂਦਾ ਜ਼ਿਮੀਂਦਾਰ ਕਿਸ ਸਮੇਂ ਪੂਰੀ ਚੜ੍ਹਾਈ ਸੀ ਪਰ ਅੱਜ ਇੱਥੇ ਖਰੜ ਦੇ ਵਿੱਚ ਉਹ ਇੱਕ ਛੋਟਾ ਜਿਹਾ ਸਟੋਲ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ। ਕਿਵੇਂ ਇੱਕ ਜ਼ਿਮੀਂਦਾਰ ਤੋਂ ਉਹ ਰੇਹੜੀ ਵਾਲਾ ਬਣ ਗਿਆ ਅਤੇ ਕਿਵੇਂ ਵਕਤ ਦਾ ਚੱਕਰ ਚੱਲਿਆ, ਪੂਰੀ ਕਹਾਣੀ ਤੁਹਾਡੇ ਨਾਲ ਪਹੁੰਚਾਵਾਂਗੇ। ਸਾਡੇ ਨਾਲ ਉਹ ਸ਼ਖਸ ਵੀ ਮਜਬੂਰ ਨੇ, ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ ਤੁਹਾਡਾ। ਮੇਰਾ ਨਾਮ ਹਰਨੇਕ ਸਿੰਘ ਭੋਲਾ ਜੀ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤੋਂ ਡਾਊਨ ਤਾਂ ਜੀ ਆਇਆਂ। ਹਰਨੇਕ ਸਿੰਘ ਜੀ ਕਿਸੇ ਸਮੇਂ ਪੂਰੀ ਚੜ੍ਹਾਈ ਸੀ, ਮਹਾਰਾਜ ਦੀ ਪੂਰੀ ਰਜਾ ਸੀਗੀ, ਜ਼ਿਮੀਂਦਾਰ ਕਹਿੰਦੇ ਕਹਾਉਂਦੇ ਸੀ ਕਿ ਅੱਜ ਕੀ ਸਬੱਬ ਬਣਿਆ ਕਿ ਤੁਸੀਂ ਇਹ ਕੰਮ ਨੂੰ ਮਜਬੂਰ ਹੋ ਗਏ? ਨਹੀਂ, ਜ਼ਿਮੀਂਦਾਰ ਕੋਈ ਗੁੰਜਾਇਸ਼ ਨਹੀਂ, ਵੱਡੇ ਜ਼ਿਮੀਂਦਾਰ ਤਾਂ ਸੌਖੇ, ਅਸੀਂ 1.5-2 ਏਕੜ ਵਾਲੇ ਕਿਵੇਂ ਸੌਖੇ ਹੋ ਜਾਂਗੇ? 1.5-2 ਏਕੜ ਪੈਲੀ ਆ, 1.5 ਕੇਕੜੀ ਆ, 2 ਬਣੀ, ਅਤੇ ਉਹਦੇ ਵਿੱਚ ਵੀ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਦਾ ਜੀ। ਖਾਣ ਨੂੰ ਕਣਕ ਕਿਉਂ ਕੱਟ ਲਿਆ, ਕਣਕ ਕੱਟ ਲਈ ਖਾਣ ਨੂੰ ਸਾਲ ਘਰੇ ਰੱਖ ਸਕਦੇ ਹਾਂ, ਵੇਚ ਤਾਂ ਕੁਛ ਸਕਦੇ ਨਹੀਂ, ਝੋਨਾ 1 ਸਾਲ ਦਾ ਵੇਚ ਕੇ ਕਿੱਥੇ ਚੱਲੂਗਾ ਜੀ? ਇਹ ਤੋਂ ਮਿਹਨਤ ਕਰ ਰਹੇ ਹਾਂ, ਜਿਵੇਂ ਹੁਣ ਮੇਰੇ ਘਰ ਵਾਲੀ ਢਿੱਲੀ ਰਹੀ ਹੈ, ਉਹ ਬਹੁਤ ਜ਼ਿਆਦਾ ਢਿੱਲੀ ਰਹੀ, ਪਹਿਲਾਂ ਕੋਟਕਪੁਰਾ ਸਿਵਲ ਹੋਸਪਿਟਲ ਬੱਚੇ ਤਾਂ ਨਹੀਂ ਕਢਾਈ, ਬੱਚੇ ਤਾਂ ਨਹੀਂ ਜੀ, ਉਹਨਾਂ ਤੋਂ ਕੋਈ ਡਾਕਟਰ ਤੋਂ ਅੰਦਰ ਬਲੇਟ ਲੱਗ ਗਿਆ, ਅੰਦਰ ਪਾਣੀ ਭਰ ਗਿਆ, ਜ਼ਹਿਰ ਫੈਲ ਗਿਆ, ਅਤੇ DMC ਲੁਧਿਆਣਾ ਰੱਖੀ, ਉਹਨਾਂ ਦੀਆਂ 7 ਸਰਜਰੀਆਂ ਹੋ ਚੁੱਕੀਆਂ, 2 ਸਰਜਰੀਆਂ ਹੋਰ ਕਰਾਉਣੀਆਂ ਜੀ। ਇੱਕ ਤਾਂ ਲੱਤ 'ਚ ਪਲੇਟਾਂ, ਇੱਕ ਬੱਚੇਦਾਨੀ 'ਚ ਇਨਫੈਕਸ਼ਨ ਹੈ ਜੀ, ਇੱਕ ਸੱਚਾ ਦਿਮਾਗ ਦੀ ਟਰੂਮੀ ਵੀ ਹੈ ਜੀ। ਵਕਤ ਦਾ ਚੱਕਰ ਚੱਲਿਆ ਕਿ ਖੇਤੀਬਾੜੀ ਤੋਂ ਹਟ ਕੇ ਤੁਹਾਨੂੰ ਅੱਜ ਇੱਥੇ ਮੋਹਾਲੀ ਦੇ ਵਿੱਚ ਤੁਹਾਡੇ ਬੇਟੇ ਦਾ ਵੀ ਇਲਾਜ ਚੱਲ ਰਿਹਾ, ਘਰਵਾਲੀ ਦਾ ਵੀ ਚੱਲ ਰਿਹਾ, ਅਤੇ ਤੁਸੀਂ ਇੱਥੇ ਖੁਦ ਦਿਨੇ ਕੰਮ ਕਰਦੇ ਹੋ ਜੀ? ਮੈਂ ਬੇਟੇ ਦੇ ਚੱਕਰ 'ਚ ਇੱਥੇ ਆਇਆ ਸੀਗਾ, ਬੇਟੇ ਦੀ ਕਿਡਨੀ ਡੈਮੇਜ ਹੋਣੀ ਕਰਕੇ ਜੀ ਇੱਥੋਂ ਡਾਇਲਸ ਕਰਵਾ ਰਿਹਾ ਸੀਗਾ। ਮੈਂ 15 ਸੀ ਚੋਂ ਜੀ ਦਰਮਾ ਹੋਸਪਿਟਲ PGI 'ਚੋਂ ਮੇਰਾ ਟ੍ਰੀਟਮੈਂਟ ਚੱਲਦਾ ਜੀ, PGI 'ਚੋਂ ਕਿਡਨੀ ਹੁਣ ਟ੍ਰਾਂਸਫਰ ਕਰਵਾ ਦੀ, ਮੈਂ ਖੁਦ ਆਪਦੀ ਕਿਡਨੀ ਦਿੱਤੀ ਹੈ ਬੇਟੇ। ਅਤੇ ਬੇਟੇ ਨੂੰ ਕਦੋਂ ਦਿੱਕਤ ਆਈ? ਇੱਕ ਸ਼ੁਰੂ ਤੋਂ ਹੀ ਸੀ ਬਚਪਨ ਤੋਂ, ਕਿ ਬਾਅਦ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਹੋਇਆ? ਨਹੀਂ, ਬੇਟਾ 12 ਸਾਲ ਦਾ ਸੀਗਾ ਜੀ ਜਦੋਂ ਇਹ ਦਿੱਕਤ ਆਈ, ਵੀ ਉਹਦੇ ਨਾਲ ਕੋਈ ਤਾਂ ਡਾਕਟਰ ਕਹਿ ਰਿਹਾ ਵੀ ਇਹਨੂੰ ਮੈਡੀਸਨ ਤੇਜ਼ ਦੇ ਤੀ, ਬੱਚੇ ਨੂੰ ਛੋਟੇ ਹੁੰਦੇ ਨੂੰ ਉਹਦੇ ਨਾਲ ਡੈਮੇਜ ਹੋ ਗਈ, ਹਜੇ ਤੋਂ ਬੇਟੇ ਦਾ ਇੰਨਾ ਫਾਇਦਾ ਰਹਿ ਗਿਆ ਵੀ ਉਹਨੂੰ ਕਿਸੇ ਕਿਸਮ ਦੀ ਕੋਈ ਇਨਫੈਕਸ਼ਨ ਨਹੀਂ ਸੀ, ਸਿਰਫ ਜਿੰਨਾ ਉਹਨੂੰ ਖੂਨ ਚਾਹੀਦਾ ਸੀ HPA, ਉਹਨਾਂ ਉਹ ਕਿਡਨੀ ਬਣਾਉਂਦੀ ਨਹੀਂ ਸੀ, ਉਹਦਾ ਸਾਇਜ਼ 3 mm ਰਹਿ ਗਿਆ। ਕਿੰਨਾ ਖਰਚਾ ਹੋ ਚੁੱਕਿਆ ਹੁੰਦਾ ਟੋਟਲ ਜੇ ਬਾਹਰ ਜਾ ਕੇ ਸਾਰਾ ਵੇਖਿਆ? ਮੇਰਾ 44 ਲੱਖ ਰੁਪਈਆ ਬੇਟੇ 'ਤੇ ਲੱਗ ਗਿਆ ਸੀਗਾ ਜੀ। ਬਾਅਦ 'ਚ PGI 'ਤੇ ਮੇਰਾ ਇੰਨਾ ਨਹੀਂ ਲੱਗਿਆ ਟ੍ਰਾਂਸਫਰ 'ਤੇ, ਅਤੇ PGI ਦੇ ਵਿੱਚ ਤਾਂ ਮੇਰਾ ਜਿੱਦੇ ਮੈਂ ਮੇਰੇ ਖਿਆਲ ਕਰਵਾਈ ਹੈ ਉਹਦੇ 1.5-2 ਲੱਖ ਰੁਪਈਆ ਲੱਗਿਆ, ਬਾਅਦ ਦੇ ਵਿੱਚ 70-80 ਹਜ਼ਾਰ ਰੁਪਏ ਦੀ ਮੰਥਲੀ ਦਵਾਈ ਚੱਲੀ ਹੈ, 3 ਸਾਲ ਹੋ ਗਏ, ਹੁਣ ਵੀ 15
17,000 ਮੰਥਲੀ ਦਵਾਈ ਚੱਲ ਰਹੀ ਹੈ। ਸਰ ਤੁਸੀਂ ਖੁਦ ਆਪਣੀ ਕਿਡਨੀ ਦਿੱਤੀ ਸੀ? ਤੁਸੀਂ ਖੁਦ ਆਪਣੀ ਕਿਡਨੀ ਦਿੱਤੀ? ਮੈਂ ਆਪਣੀ ਕਿਡਨੀ ਦਿੱਤੀ ਹੈ ਸਰ। ਆਹ ਮੇਰੀ ਸਰਜਰੀ ਦੇਖੋ ਜੀ, ਇਹ ਵੇਖੋ। ਮੇਰਾ ਨਾਮ ਹਰਨੇਕ ਸਿੰਘ ਹੈ। PGI ਦੇ ਵਿੱਚ ਵੀ ਅਪਰੂਫ ਮੇਰੇ ਕੋਲ ਇੱਕ ਇੱਕ ਪਿਆ ਜੀ। PGI ਦਾ ਕਾਰਡ ਮੇਰਾ, ਮੇਰੇ ਬੇਟੇ ਦਾ। ਬੇਟੇ ਦੇ ਇਲਾਜ ਤੇ ਸਭ ਕੁਝ ਵੇਚ ਵਟ ਕੇ ਲਾਇਆ ਜਾਂ ਕੁਝ ਪਹਿਲਾਂ ਸੇਵਿੰਗ ਸੀ? ਕੁਝ ਸਾਰਾ ਕੁਝ ਵੇਚਿਆ ਜੀ। ਮੇਰੇ ਘਰ ਵਾਲੇ ਵੀ ਕੰਨਾਂ ਤੋਂ, ਹੱਥਾਂ ਤੋਂ, ਉਂਗਲਾਂ ਤੋਂ ਨੰਗੀ ਹੈ। ਮੈਂ ਵੀ ਨੰਗਾ। ਸਿਉਣਾ ਜੱਪਾ ਜੋ ਵੀ ਸਾਡੇ ਕੋਲ ਪਹਿਲਾਂ ਤੋਂ ਮਿਹਨਤ ਕਰਕੇ ਬਣਾਈ, ਸਭ ਕੁਝ ਵੇਚਿਆ, ਕੁਝ ਵੀ ਨਹੀਂ ਰੱਖਿਆ। ਅਸੀਂ ਆਪਦਾ ਮਕਾਨ ਵੀ ਵੇਚਤਾ। ਮੇਰਾ ਮਕਾਨ ਉੱਥੇ ਸੀਗਾ 29.5 ਮਰਲਾਂ, ਯਾਨੀ ਕਿ 1.5 ਕਨਾਲ 'ਚ। ਬਹੁਤ ਸੋਹਣਾ, ਵਧੀਆ ਬਣਿਆ ਸੀਗਾ। ਪਾਰਕ ਪੂਰਕ ਡੋਗ ਦਾ ਬੜਾ ਸ਼ੌਂਕ ਸੀ। ਗਾਈਆਂ ਮੱਝਾਂ ਰੱਖਦਾ ਸੀ, ਨਾਲ ਵੀ ਘਰ ਦਾ ਖਰਚਾ ਬੇਟੇ ਦਾ ਚੱਲੀ ਜਾਵੇ, ਦੁੱਧ ਦੱਧ ਪਾ ਕੇ। ਪਰ ਸਿਸਟਮ ਹੀ ਜ਼ਿਆਦਾ ਆਊਟ ਹੋ ਗਿਆ। ਸੋਚਿਆ ਸੀ ਕਿ ਇਹ ਦਿਨ ਵੀ ਆਉਣਗੇ, ਇੱਕ ਚੰਗੀ ਲਾਈਫ ਚੱਲ ਰਹੀ ਸੀ, ਸਭ ਕੁਝ ਵਧੀਆ ਚੱਲ ਰਿਹਾ ਸੀ, ਕਿ ਜ਼ਿੰਦਗੀ ਨੇ ਕੀ ਮੋੜ ਲੈ ਲਿਆ? ਬਹੁਤ ਹੀ ਸੋਹਣੀ ਲਾਈਫ ਸੀ, ਬਹੁਤ ਹੀ ਸੋਹਣੀ। ਮੈਂ 1.5 ਏਕੜ ਵਾਲਾ ਕਿਸਾਨ ਨਾ, ਮੈਂ 10 ਏਕੜ ਵਾਲੇ ਕਿਸਾਨ ਨੂੰ ਦਵਾ ਕੇ ਰੱਖਦਾ ਸੀ, ਕਿਉਂਕਿ ਮੈਂ ਮਿਹਨਤ ਬਹੁਤ ਕਰੀ। ਕਦੇ ਪਹਿਲੀ ਦੇ ਸਿਰ 'ਤੇ ਨਹੀਂ ਸੀ। ਨਾਲ ਡੋਗ ਰੱਖਣੇ, ਗਾਈਆਂ ਰੱਖਣੀਆਂ, ਮੱਝਾਂ ਰੱਖਣੀਆਂ, ਦੁੱਧ ਪਾਉਣੀਆਂ। ਖੁਦ ਮੈਂ ਮਕੈਨਿਕ ਹਾਂ। ਬਤੌਰ ਫੋਰਮੈਨ ਮੈਂ HMT ਟਰੈਕਟਰ ਕੰਪਨੀ 'ਚ ਰਿਹਾ, ਫਾਰਮ ਟਰੈਕਟਰ ਕੰਪਨੀ 'ਚ ਰਿਹਾ, ਅਤੇ ਨਿਊ ਹੋਲੈਂਡ 'ਚ ਵੀ ਬਤੌਰ ਮੈਂ ਫੋਰਮੈਨੀ ਹੀ ਕੀਤੀ ਹੈ। ਮੈਂ ਸਾਰੇ ਕੰਮ ਕਰਦੀ। ਮੇਰੇ ਘਰਦਿਆਂ ਦਾ ਬੜਾ ਸਹਿਯੋਗ ਸੀ, ਅਸੀਂ ਦੋਨੋਂ ਜੀ ਮਿਹਨਤ ਕਰਦੇ ਸੀ ਬਹੁਤ ਜ਼ਿਆਦਾ। ਬਹੁਤ ਵਧੀਆ ਸਿਸਟਮ ਸੀ। ਪਰ ਪਹਿਲਾਂ ਘਰਦੇ ਢਿੱਲੇ ਹੋ ਗਏ, ਘਰਦੇ ਸੈੱਟ ਹੋਏ, ਤਾਂ ਬੇਟਾ ਸ਼ੁਰੂ ਹੋ ਗਿਆ, ਬੇਟੇ ਦੀ ਡੈਲਸ ਸ਼ੁਰੂ ਹੋ ਗਈ, ਫਿਰ ਅਸੀਂ ਇੱਥੇ ਮਜਬੂਰੀ 'ਚ ਆਉਣ ਲੱਗਾ। ਸੋ ਮੋਹਾਲੀ ਫਿਰ ਤੁਸੀਂ ਇਲਾਜ ਕਰਾਉਣ ਦੇ ਸਿਲਸਿਲੇ 'ਚ ਆਏ ਸੀ, ਫਿਰ ਇੱਥੇ ਕੰਮ ਕੁਰ ਸੈੱਟ ਕੀਤਾ, ਸਟਾਰਟਿੰਗ ਇੱਥੇ ਦੁਬਾਰਾ ਜ਼ਿੰਦਗੀ ਦੀ ਕੀਤੀ ਹੈ, ਇਹ ਜਿਹੜੀ ਗਰਮੀ ਤੋਂ ਰਾਹਤ ਦੇਣ ਦੇ ਲਈ ਲੱਸੀ ਹੋ ਗਿਆ, ਸੱਤੂ ਹੋ ਗਿਆ, ਚੀਜ਼ਾਂ ਵੇਚ ਕੇ ਜੀ? ਇੱਥੋਂ ਬੇਟੇ ਦਾ ਕਰਕੇ ਨਹੀਂ ਜਾ ਰਹੇ, ਉੱਥੇ ਮਿੱਟੀ ਘੱਟਾ ਬਹੁਤ ਜ਼ਿਆਦਾ ਸੀ, ਛੋਟਾ ਘਰ ਆ ਜੀ, ਉੱਥੇ ਮੈਨੂੰ ਸੈੱਟ ਨਹੀਂ ਪੈਂਦਾ ਸੀਗਾ, ਮੁਸ਼ਕਲ ਸੀ। ਇਹ ਬੇਟੇ ਨੂੰ ਇਨਫੈਕਸ਼ਨ ਦਾ ਬੜਾ ਡਰ ਸੀਗਾ। ਇੱਥੇ ਜੋ ਵੀ ਚੀਜ਼ ਮੈਂ ਬਣਾਉਂਦਾ ਸਾਰੀ ਆਪਦੇ ਬੇਟੇ ਨੂੰ ਵੀ ਖਵਾਉਂਦਾ। ਬਹੁਤ ਕਸਟਮਰ ਨੂੰ ਪਤਾ, ਮਾਰਕੀਟ ਨੂੰ ਪਤਾ। ਇਹ ਨਹੀਂ ਹੈ ਮੈਂ ਵੀ ਆਮ ਕੋਈ ਕਸਟਮਰ ਆਇਆ ਉਹਨੂੰ ਦੇ ਰਿਹਾ, ਨਹੀਂ। ਜੇ ਮੇਰੇ ਬੇਟੇ ਨੂੰ ਇਨਫੈਕਸ਼ਨ ਨਹੀਂ ਕਿਸੇ ਚੀਜ਼ ਦੀ ਹੋ ਰਹੀ, ਤਾਂ ਭਾਈ ਆਮ ਨੋਰਮਲ ਇਨਸਾਨ ਨੂੰ ਤਾਂ ਹੋ ਹੀ ਨਹੀਂ ਸਕਦਾ। ਉਹ ਕਹਿੰਦੇ ਨੇ ਕਿ ਔਖੇ ਵਕਤ ਦੇ ਵਿੱਚ ਆਪਣਿਆਂ ਦੀ ਪਰਖ ਹੋ ਜਾਂਦੀ ਹੈ। ਕਿਸੇ ਨੇ ਬਾਂਹ ਫੜੀ ਸੀ, ਨਾਲ ਸਹਾਈ ਹੋਇਆ? ਬਾਂਹ ਜੀ ਮੇਰੀ ਕਿਸੇ ਬੰਦੇ ਨੇ ਨਹੀਂ ਫੜੀ। ਮੇਰੇ ਇੱਕ ਛੋਟੇ ਬ੍ਰਦਰ ਆ, ਉਹਨਾਂ ਨੇ ਮੇਰੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਮੇਰੇ ਰਿਸ਼ਤੇਦਾਰ ਬਹੁਤ ਤਗੜੇ ਰਿਸ਼ਤੇਦਾਰ, ਬਹੁਤ ਹੀ ਜ਼ਿਆਦਾ ਤਗੜੇ, ਬੜਾ ਪੈਸਾ, ਚੰਗੀ ਜਾਇਦਾਦ, ਕਿਸੇ ਨੇ ਕੋਈ ਬਾਂਹ ਨਹੀਂ ਫੜੀ। ਇੱਕ ਮਾਰਕੀਟ ਦੇ ਪ੍ਰਧਾਨ ਜੀ ਆ ਬਾਟੂ ਜੀ, ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਬਾਂਹ ਫੜੀ ਇੱਥੇ ਆਉਣ 'ਤੇ, ਹਾਲਾਂਕਿ ਇਹਨਾਂ ਨਾਲ ਕੋਈ ਰਿਸ਼ਤਾ ਨਹੀਂ, ਕੋਈ ਕੁਝ ਨਹੀਂ, ਇੱਥੇ ਆਉਣ ਕਰਕੇ ਹੀ ਪਿਆਰ ਮੁਹੱਬਤ। ਸੋ ਕਹਿੰਦੇ ਨੇ ਕਿ ਆਪਣਿਆਂ ਤੋਂ ਬਾਅਦ ਜਿਹੜੇ ਬੇਗਾਨੇ ਨੇ ਉਹ ਕੰਮ ਆ ਜਾਂਦੇ ਹੈਗੇ ਨੇ, ਉਹੀ ਕੁਛ ਹੋਇਆ? ਹਾਂ, ਅੱਜ ਦੇ ਸਮੇਂ 'ਚ ਮੈਨੂੰ ਇਹ ਲੱਗਦਾ ਵੀ ਮੈਨੂੰ ਆਪਦਿਆਂ ਨਾਲੋਂ ਬੇਗਾਨੇ ਮੈਨੂੰ ਬਹੁਤ ਚੰਗੇ ਲੱਗਦੇ, ਬਹੁਤ ਚੰਗੇ ਲੱਗਦੇ। ਕਿਸੇ ਨਵੀਂ ਜਗ੍ਹਾ 'ਤੇ ਆ ਕੇ ਦੁਬਾਰਾ ਜ਼ਿੰਦਗੀ ਦੀ ਸ਼ੁਰੂਆਤ ਕਰਨੀ, ਸੈੱਟ ਹੋਣਾ ਬਹੁਤ ਔਕੜਾ ਹੁੰਦੀਆਂ ਨੇ, ਮਨ ਦੇ ਵਿੱਚ 100 ਵਿਚਾਰ ਹੁੰਦੇ ਨੇ ਤੁਹਾਨੂੰ, ਤਾਂ ਇੱਕ ਤਾਂ ਆਪਣੀ ਜਿਹੜੀ ਵਾਈਫ ਦੀ ਟੈਨਸ਼ਨ, ਦੂਜਾ ਬੇਟੇ ਦੀ, ਫਿਰ ਕੰਮ ਵੀ ਦੇਖਣਾ, ਘਰ ਬਾਰ ਵੀ ਦੇਖਣਾ। ਬਿਲਕੁਲ ਜੀ, ਸਾਰਾ ਕੁਝ ਦੇਖਣਾ। ਵਾਈਫ ਦੀ ਦਵਾਈ ਵੀ ਬੜੀ ਚੱਲਦੀ ਹੈ, ਅਸੀਂ ਕੋਈ ਹੋਸਪਿਟਲ ਹੀ ਨਹੀਂ ਛੱਡਿਆ, ਸੁਹਾਣਾ ਸਾਹਿਬ ਤੋਂ ਵੀ ਲਏ, PGI ਵੀ ਕੀਤਾ, MRI ਵੀ ਕਰਵਾ ਲਈਆਂ। ਉਹਨਾਂ ਨੂੰ ਚੱਕਰ ਆ ਜਾਂਦਾ ਜੀ, ਫਿਰ ਲੱਤ 'ਚ ਪਲੇਟਾਂ ਹੈਗੀਆਂ, ਫਿਰ ਬੱਚੇਦਾਨੀ ਦੀ ਪ੍ਰੋਬਲਮ ਤੁਹਾਨੂੰ ਮੈਂ ਦੱਸੀ ਆ, ਇਨਫੈਕਸ਼ਨ ਆ, ਕਈ ਵਾਰੀ ਬਰੀਡਿੰਗ ਸ਼ੁਰੂ ਹੋ ਜਾਂਦੀ, ਬਹੁਤ ਸਮੱਸਿਆ ਆਉਂਦੀ ਹੈ। ਇਸ ਮਿਹਨਤ ਕਰੀ ਜਾਂਦੇ ਹਾਂ। ਜਦੋਂ ਕਿਡਨੀ ਦਿੱਤੀ ਤਾਂ ਕਿੰਨੇ ਦਿਨਾਂ ਬਾਅਦ ਤੁਸੀਂ ਦੁਬਾਰਾ ਕੰਮ 'ਤੇ ਆ ਗਏ ਜਾਂ ਕੁਛ ਰੈਸਟ? ਮੈਂ ਕਿਡਨੀ ਦੇਣ ਤੋਂ ਬਾਅਦ 6 ਮਹੀਨੇ ਕੰਮ 'ਤੇ ਨਹੀਂ ਆਇਆ ਜੀ। ਉਸ ਦੌਰਾਨ ਕਿਵੇਂ ਚੱਲਿਆ ਫਿਰ ਘਰ ਤੱਕ? ਸਾਰਾ ਬਸ ਮੈਂ ਤੁਹਾਨੂੰ, ਮੇਰੇ ਬ੍ਰਦਰ ਨੇ ਮਕਾਨ ਵੇਚਿਆ, ਜੋ ਸਮਾਨ ਸੀ ਅਸੀਂ ਸਾਰਾ ਕੁਝ ਵੇਚਿਆ। ਸਿਉਣਾ ਸੀਗਾ, ਟਰੈਕਟਰ ਮੇਰੇ ਕੋਲ ਸੀਗੀ, ਸੰਦ ਟਰੈਕਟਰ ਦੇ ਸੀਗੇ, ਸਾਰਾ ਕੁਛ ਵੇਚ ਕੇ ਹੀ ਆਇਆ। ਸਾਰਾ ਕੁਛ ਵੇਚ ਵਟ ਕੇ ਆਪਣੇ ਵਰਕਸ਼ਾਪ ਸੀਗੀ, ਟਰੈਕਟਰਾਂ ਦੀ ਵਰਕਸ਼ਾਪ ਸੀ, ਟੂਲ ਬਹੁਤ ਜ਼ਿਆਦਾ ਸੀ, ਸਾਰਾ ਟੂਲ ਮੈਂ ਵੇਚਤਾ, ਸ਼ੈੱਡ ਵਰਕਸ਼ਾਪ ਦਾ ਵੇਚਤਾ।
ਸੋ ਕੁਝ ਕਸਟਮਰ ਹੈਗੇ ਨੇ ਉਹਨਾਂ ਨੂੰ ਤੁਸੀਂ ਅਟੈਂਡ ਕਰੋ, ਤੁਹਾਡੀ ਜਿਹੜੀ ਹੈ ਕਹਾਣੀ ਅਸੀਂ ਦੱਸਾਂਗੇ। ਸੋ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਆਪਣੀ ਵਾਈਫ ਆਪਣੀ ਬੇਟੇ ਦਾ ਜਿਹੜਾ ਕਿ ਇਲਾਜ ਕਰਵਾਉਣ ਦੇ ਲਈ ਹਰਨੇਕ ਸਿੰਘ ਜੀ ਦੇ ਵੱਲੋਂ ਆਪਣਾ ਪੂਰਾ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਵੱਲੋਂ ਬਣਾਈ ਗਈ ਸੀ ਜਾਇਦਾਦ ਜ਼ਮੀਨ ਅਤੇ ਹੋਰ ਕੰਮ ਕਾਰ ਕਰਕੇ ਪੂਰਾ ਜਿਹੜਾ ਕਿ ਵਧੀਆ ਆਪਣੀ ਲਾਈਫ ਸੈੱਟ ਕੀਤੀ, ਪਰ ਆਖਰ ਕੀ ਪਰਮਾਤਮਾ ਨੂੰ ਮਨਜ਼ੂਰ ਸੀ, ਕੀ ਉਹਦੀ ਰਜ਼ਾ ਸੀ ਕਿ ਹੁਣ ਸਭ ਕੁਛ ਵਿਕ ਗਿਆ ਅਤੇ ਹੁਣ ਦੁਬਾਰਾ ਉਹਨਾਂ ਦੇ ਵੱਲੋਂ ਇਸ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਗਈ ਹੈ? ਅਤੇ ਕਿਹੜੀ ਜਗ੍ਹਾ 'ਤੇ ਸਰ ਤੁਹਾਡੀ ਇਹ ਲੋਕੇਸ਼ਨ ਹੈਗੀ, ਜੇਕਰ ਕਿਸੇ ਨੇ ਤੁਹਾਡੇ ਘਰ ਪਹੁੰਚ ਕਰਨੀ ਹੋਵੇ ਕਿਹੜੀ ਜਗ੍ਹਾ 'ਤੇ? ਸ਼ਹੀਦ ਭਗਤ ਸਿੰਘ ਮਾਰਕੀਟ ਹੈ, ਨਿਊ ਸੰਨੀ 125 ਜੀ, ਸੈਕਟਰ 125 ਸਾਹਮਣੇ ਯੂਕੋ ਬੈਂਕ ਹੈ ਜੀ। ਕੋਈ ਕੰਟੈਕਟ ਨੰਬਰ ਵੀ ਆਪਣਾ ਜ਼ਰੂਰ ਦਿਓ, ਤਾਂ ਕਿ ਜੇਕਰ ਇਸ ਔਖੀ ਘੜੀ ਦੇ ਵਿੱਚ ਕੀ ਕੋਈ ਸ਼ਾਇਦ ਮਦਦ ਕਰਨ ਵਾਲਾ ਵੀ ਨੇਕ ਦਿਲ ਇਨਸਾਨ ਆ ਜਾਂਦਾ। 99 156 ਜੀ, 31 794 99156317 94। ਸਵਾਕੀ ਸਲਾਮ ਹੈ ਹਰਨੇਕ ਸਿੰਘ ਜੀ ਨੂੰ, ਜਿਨ੍ਹਾਂ ਨੇ ਹੌਸਲਾ ਨਹੀਂ ਹਾਰਿਆ, ਸਗੋਂ ਜ਼ਿੰਦਗੀ ਦੀ ਹਰ ਔਖੀ ਘੜੀ ਨੂੰ ਹੱਸ ਕੇ ਪਰਮਾਤਮਾ ਦੀ ਰਜ਼ਾ ਸਮਝ ਕੇ ਆਪਣੇ ਪਿੰਡੇ ਦੇ ਉੱਪਰ ਹੰਡਾਇਆ ਅਤੇ ਅੱਜ ਬੇਟੇ ਦੇ ਇਲਾਜ ਦੇ ਉੱਪਰ ਮੰਥਲੀ 18 to 20,000 ਰੁਪਏ ਦਾ ਖਰਚਾ ਰਿਹਾ ਇਕੱਲੀਆਂ ਦਵਾਈਆਂ ਦਾ। ਬੇਟਾ ਜੋ ਕਿ ਕਿਡਨੀ ਦੀ ਬਿਮਾਰੀ ਨਾਲ ਜੂਝ ਰਿਹਾ ਸੀ, ਅਤੇ ਹਰਨੇਕ ਸਿੰਘ ਦੇ ਵੱਲੋਂ ਆਪਣੀ ਖੁਦ ਦੀ ਕਿਡਨੀ ਦਿੱਤੀ ਗਈ ਆਪਣੇ ਬੇਟੇ ਨੂੰ, ਦੂਜਾ ਆਪਣੀ ਵਾਈਫ ਨੂੰ ਵੀ ਕਾਫੀ ਉਹ ਜਿਹੜਾ ਕਿ ਇਸ ਔਖੀ ਘੜੀ ਦੇ ਵਿੱਚ ਜਿਹੜੇ ਕਿ ਸਪੋਰਟ ਕਰ ਰਹੇ ਹੈਗੇ ਨੇ, ਉਹ ਵੀ ਜਿਹੜੇ ਕਿ ਕਈ ਤਰ੍ਹਾਂ ਦੇ ਇਨਫੈਕਸ਼ਨ ਅਤੇ ਬਿਮਾਰੀਆਂ ਤੋਂ ਪੀੜਿਤ ਹੈਗੇ ਨੇ। ਸੋ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਇਨਸਾਨ ਕਈ ਵਾਰ ਵਧੀਆ ਚੱਲਦੀ ਲਾਈਫ ਤੋਂ ਕਿਵੇਂ ਜ਼ਿੰਦਗੀ ਜਿਹੜੀ ਆ ਮੋੜ ਲੈਂਦੀ ਹੈ, ਅਤੇ ਔਖੀ ਘੜੀ ਦੇ ਵਿੱਚ ਵੀ ਫਿਰ ਵੀ ਹੌਸਲਾ ਰੱਖਣਾ ਇਹ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈ। ਸੋ ਜੇਕਰ ਤੁਸੀਂ ਵੀ ਹਰਨੇਕ ਸਿੰਘ ਜੀ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੇ ਮੋਬਾਈਲ ਨੰਬਰ 'ਤੇ ਆਪਾਂ ਸੰਪਰਕ ਕਰ ਸਕਦੇ ਹੋ। ਉਹਦੇ ਅਪਡੇਟ ਲਈ ਜੁੜੋ ਹਮਦਰਦ ਟੀਵੀ ਤੋਂ।